ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਲੱਕ ਤੋੜਨ ਵਾਸਤੇ ਮੁਹਿੰਮ ਚਲਾਈ ਗਈ ਹੈ। ਕਿਸ ਤਰ੍ਹਾਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ? ਸਾਡੇ ਨਾਲ ਅੰਮ੍ਰਿਤਸਰ ਦੇਹਾਤ ਦੇ SSP ਚਰਨਜੀਤ ਸਿੰਘ। 37 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਨਸ਼ਾ ਤਸਕਰਾਂ ਦੀ ਜਿਹੜੀ ਹੈ ਉਹ ਜ਼ਬਤ ਕੀਤੀ ਗਈ ਹੈ। ਇਹ ਥੋੜ੍ਹਾ ਦੱਸਿਓ, ਪਹਿਲੇ ਤਾਂ ਪੁਲਿਸ, ਪੰਜਾਬ ਪੁਲਿਸ ਨੂੰ ਵਧਾਈ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਵੀ ਸੁਪਨਾ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ। DGP ਸਾਹਿਬ ਦੇ ਵੀ ਨਵੇਂ ਆਰਡਰ, ਇੱਥੋਂ ਤੱਕ ਕਿ ਪੁਲਿਸ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਜਿਹੜੇ ਕਿ ਇਨਵੋਲਵ ਨੇ ਡਰੱਗ ਤਸਕਰਾਂ ਦੀ ਸਰਪ੍ਰਸਤੀ ਕਰਦੇ ਨੇ। ਇਹ ਕਿਸ ਤਰ੍ਹਾਂ ਤੁਸੀਂ ਇਹ ਪੂਰਾ ਨੈਟਵਰਕ ਜਿਹੜਾ ਇਹਨੂੰ ਤੋੜਿਆ? ਜੀ ਬਿਲਕੁਲ ਜੀ, ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧੀ ਮੁਹਿੰਮ ਹੈ ਉਹ ਵਿੱਢੀ ਗਈ ਹੈ। ਬੜੇ ਵੱਡੇ ਪੱਧਰ 'ਤੇ ਇਹ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਹੀ ਸਾਡੇ ਮਾਣਯੋਗ DGP ਸਾਹਿਬ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਜੋ ਹੈ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਜੋ ਹੈ ਉਹਨੂੰ ਆਈਡੈਂਟੀਫਾਈ ਕਰਕੇ ਉਹਦੀ ਇਵੈਲਿਊਏਸ਼ਨ ਤੋਂ ਬਾਅਦ ਜੋ ਹੈ ਉਸਦੇ ਫਰੀਜ਼ਿੰਗ ਆਰਡਰ ਜਿਹੜੇ ਹੈ ਉਹ ਕੰਪੀਟੈਂਟ ਅਥਾਰਟੀ ਜੋ ਦਿੱਲੀ 'ਚ ਹੈ ਡਿਪਾਰਟਮੈਂਟ ਆਫ ਰੈਵਨਿਊ ਮਿਨਿਸਟਰੀ ਆਫ ਫਾਈਨੈਂਸ ਉਸ ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਇਸ ਕੇਸ ਦੇ ਵਿੱਚ ਜੋ ਕਿ 162 ਨੰਬਰ FIR 2/7/2024 ਦੀ ਹੈ ਜਿਹਦੇ ਵਿੱਚ ਦੋ ਮੁਜਰਮ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਜਤਨ ਸਿੰਘ ਪੁੱਤਰ ਜੈਮਲ ਸਿੰਘ, ਇਹ ਦੋਨੋਂ ਮੋਦੇ ਪਿੰਡ ਦੇ ਨੇ। ਇਹਨਾਂ ਦੇ ਕੋਲੋਂ ਜੋ 1/2 ਕਿਲੋ ਹੈਰਨ ਅਤੇ ਵੈਪਨਸ ਵਗੈਰਾ ਦੀ ਰਿਕਵਰੀ ਹੋਈ ਸੀ, ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹਨਾਂ ਦੋਨਾਂ ਜੋ ਮੁਜਰਮਾਂ ਦੀ ਪ੍ਰੋਪਰਟੀ ਹੈ ਉਹ ਆਈਡੈਂਟੀਫਾਈ ਕਰਕੇ ਵੈਲਿਊਏਸ਼ਨ ਤੋਂ ਬਾਅਦ ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਸੀ। ਇਸ ਦੇ ਵਿੱਚ ਬਹੁਤ ਵੱਡੀ ਅਮਾਊਂਟ ਜੋ ਹੈ ਦੀ ਪ੍ਰੋਪਰਟੀ ਉਹ ਫਰੀਜ਼ ਦੇ ਆਰਡਰ ਆਏ ਨੇ, ਜਿਹਦੇ ਵਿੱਚ ਇਹਨਾਂ ਦੇ ਰੈਜ਼ੀਡੈਂਸ਼ੀਅਲ ਹਾਊਸਿਸ, ਸ਼ਾਪ, ਬੈਂਕਟ ਹਾਲ ਵਗੈਰਾ ਹੈ, ਜਿਸ ਦੀ ਪੂਰੀ ਇਵੈਲਿਊਏਸ਼ਨ ਕਰਕੇ ਕੀਮਤ ਜੋ ਬਣਦੀ ਹੈ ਉਹ 32 ਕਰੋੜ 70 ਲੱਖ 30 ਹਜ਼ਾਰ ਦੇ ਕਰੀਬਨ ਉਹ ਬਣਦੀ ਹੈ। ਅਤੇ ਇਹ ਸਾਰੀ ਪ੍ਰੋਪਰਟੀ ਜੋ ਹੈ ਉਹ ਕੰਪੀਟੈਂਟ ਅਥਾਰਟੀ ਵੱਲੋਂ ਫਰੀਜ਼ ਕੀਤੀ ਗਈ ਹੈ। ਅੱਛਾ, ਮੇਰਾ ਖਿਆਲ ਪੰਜਾਬ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਪਹਿਲਾ ਮਸਲਾ ਕਿ ਕਿਸੇ ਨਸ਼ਾ ਤਸਕਰ ਦੀ 37 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਸੀਜ਼ ਕੀਤੀ ਹੋਵੇ। ਇਹ ਕਦੋਂ ਤੋਂ ਇਹ ਸਾਰੇ ਇਸ ਜਿਹੜਾ ਇਹ ਕੰਮ ਕਰ ਰਹੇ ਸਨ ਅਤੇ ਕਦੋਂ ਤੋਂ ਇਹਨਾਂ ਦੀ ਪ੍ਰੋਪਰਟੀ ਜਿਹੜੀ ਹੈ ਖੰਗਾਲਣੀ ਸ਼ੁਰੂ ਕੀਤੀ ਪੁਲਿਸ ਨੇ? ਦੇਖੋ ਜੀ, ਸਾਡੇ ਕੋਲ ਜੋ ਕਾਨੂੰਨ ਦੇ ਮੁਤਾਬਕ NDPS ਐਕਟ ਦੀ 68F ਧਾਰਾ ਦੇ ਅਧੀਨ ਜੋ ਵੀ ਇਹ ਨਸ਼ਾ ਤਸਕਰਾਂ ਵੱਲੋਂ ਪ੍ਰਾਪਤ ਮਨੀ ਜਿਹੜੀ ਹੁੰਦੀ ਹੈ ਸੇਲ ਪਰਚੇਜ਼ ਆਫ ਡਰੱਗ ਦੇ ਇੱਕ ਪ੍ਰਾਪਤ ਕਰਦੇ ਨੇ, ਉਹਦੇ ਨਾਲ ਜੋ ਵੀ ਇਹਨਾਂ ਨੇ ਪ੍ਰੋਪਰਟੀਜ਼ ਬਣਾਈਆਂ ਹੁੰਦੀਆਂ ਨੇ, ਖੜੀਆਂ ਕੀਤੀਆਂ ਹੁੰਦੀਆਂ ਨੇ, ਉਹਨਾਂ ਨੂੰ ਫਰੀਜ਼ ਕਰਾਉਣ ਦੇ ਜਿਹੜੇ ਹੈ ਅਧਿਕਾਰ ਜਿਹੜੇ ਕੰਪੀਟੈਂਟ ਅਥਾਰਟੀ ਨੂੰ ਦਿੱਤੇ ਗਏ ਨੇ। ਮੈਂ ਕੁਸ਼ਚਨ ਹੈ ਸਰ, ਕਦੋਂ ਤੋਂ ਇਹ ਨੈਟਵਰਕ ਚਲਾ ਰਹੇ ਸੀਗੇ ਨਸ਼ੇ ਦਾ? ਕਿਉਂਕਿ 37 ਕਰੋੜ ਦੀ ਪ੍ਰੋਪਰਟੀ ਇੱਕ ਦਿਨ 'ਚ ਜਾਂ ਇੱਕ ਮਹੀਨੇ ਜਾਂ ਇੱਕ ਸਾਲ 'ਚ ਤਿਆਰ ਨਹੀਂ ਕੀਤੀ ਜਾ ਸਕਦੀ? ਜੀ ਜੀ, ਇਹਦੇ ਵਿੱਚ ਦੋ ਪੱਖ ਹੁੰਦੇ ਨੇ। ਕੁਛ ਜਿਹੜੀ ਪ੍ਰੋਪਰਟੀ ਜਿਹੜੀ ਹੈਗੀ ਹੈ ਉਹ ਇਹਦੇ ਵਿੱਚ ਜੋ ਆਈਡੈਂਟੀਫਾਈ ਕੀਤੀ ਗਈ ਹੈਗੀ ਹੈ ਉਹ ਰੈਜ਼ੀਡੈਂਸ਼ੀਅਲ ਹੈ, ਜਿਵੇਂ ਤੁਹਾਨੂੰ ਦੱਸਿਆ, ਕੁਛ ਜਿਹੜੀ ਹੈਗੀ ਹੈ ਸ਼ੋਪਸ ਨੇ, ਕੁਛ ਬੈਂਕਟ ਹਾਲ ਕਮਰਸ਼ੀਅਲ ਪ੍ਰੋਪਰਟੀ ਹੈ। ਇਹ ਪ੍ਰੋਪਰਟੀ ਜੋ ਹੈ, ਜਿਵੇਂ ਤੁਸੀਂ ਪੁੱਛਿਆ ਕਿ ਕੰਮ ਕਦੋਂ ਤੋਂ ਕਰ ਰਹੇ ਨੇ, ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹਦੇ ਵਿੱਚ ਬੈਕਵਰਡ ਲਿੰਕੇਜਸ ਅਸੀਂ ਕਾਫੀ ਹੱਦ ਤੱਕ ਇਸਟੈਬਲਿਸ਼ ਕੀਤੇ ਨੇ ਕਿ ਕਿੱਥੋਂ ਜੋ ਹੈ ਇਹਨਾਂ ਦੀ ਤਸਕਰੀ ਚੱਲਦੀ ਸੀ ਅਤੇ ਕਿੱਥੇ ਅੱਗੇ ਜੋ ਹੈ ਡਰੱਗ ਵਗੈਰਾ ਇਹ ਵੇਚਦੇ ਸੀ। ਸੋ ਇਹ ਕਾਫੀ ਸਮੇਂ ਤੋਂ ਇਸ ਕੰਮ 'ਚ ਲਿਪਤ ਸਨ। ਇਹ ਜਿਹੜੀ ਸਾਰੀ ਇਨਵੈਸਟੀਗੇਸ਼ਨ ਬੜੀ ਡੂੰਘਾਈ ਦੇ ਨਾਲ ਚੱਲ ਰਹੀ ਹੈ ਅਤੇ ਜਲਦੀ ਇਹਦੇ ਬਾਰੇ ਜੋ ਹੋਰ ਖੁਲਾਸੇ ਹੋਣਗੇ। ਤੁਹਾਨੂੰ ਲੱਗਦਾ ਕੁਛ ਹੋਰ ਲੋਕਾਂ ਦੀ ਵੀ ਜਿਹੜੀ ਇਨਵੋਲਵਮੈਂਟ ਹੈ ਉਹਨਾਂ ਨੂੰ ਵੀ ਪੰਜਾਬ ਪੁਲਿਸ ਉਹਨਾਂ ਤੱਕ ਵੀ ਪਹੁੰਚੇਗੀ? ਵੀ ਕਿਉਂਕਿ ਪਹਿਲੇ ਨਸ਼ਾ ਮੰਗਵਾਉਣਾ, ਹਾਈਕੋਰਟ ਵੀ ਬੜੀ ਸਖਤ ਹੈ, ਅੱਜ ਹਾਈਕੋਰਟ ਨੇ ਇੱਕ ਹੋਰ ਆਰਡਰ ਕੀਤਾ ਕਿ ਵੀ ਅਸੀਂ ਨਸ਼ਾ ਤਸਕਰਾਂ ਨੂੰ ਐਵੇਂ ਨਹੀਂ ਛੱਡ ਸਕਦੇ ਕਿਉਂਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਉਹ ਨਸ਼ੇ ਦੇ ਦਲਦਲ 'ਚ ਜਾ ਰਹੀ ਹੈ। ਬਿਲਕੁਲ ਜੀ, ਹਾਈਕੋਰਟ ਵੱਲੋਂ ਵੀ ਕਈ ਕੇਸਿਸ ਦੇ ਵਿੱਚ ਬੜੀ ਸਖਤ ਜਿਹੜੀ ਹੈ ਆਰਡਰਸ ਦਿੱਤੇ ਗਏ ਨੇ ਅਤੇ ਪੰਜਾਬ ਪੁਲਿਸ ਉਹਨੂੰ ਲਾਗੂ ਵੀ ਕਰ ਰਹੀ ਹੈ। ਇਸ ਦੇ ਤਹਿਤ ਹੀ ਜੋ ਤੁਸੀਂ ਪੁੱਛਿਆ ਕਿ ਹੋਰ ਜਿਹੜੇ ਕੇਸਿਸ ਹੈਗੇ ਹੈ ਉਹਦੇ ਵਿੱਚ ਵੀ ਜਿਹੜੀ ਹੈ ਪ੍ਰੋਪਰਟੀ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਅਤੇ ਅਸੀਂ ਉਹਨਾਂ ਦੇ ਫਰੀਜ਼ਿੰਗ ਆਰਡਰ ਜਲਦ
ਜਿਹੜੇ ਆ ਪ੍ਰਾਪਤ ਕਰਨ ਜਾ ਰਹੇ ਹਾਂ। ਲੋਕਾਂ ਕੋਲੋਂ ਕੀ ਸਹਿਯੋਗ ਮੰਗਦੇ ਹੋ ਤੁਸੀਂ, ਕਿਉਂਕਿ ਪਬਲਿਕ ਦੀ ਸਹਿਯੋਗ ਤੋਂ ਬਿਨਾਂ, ਉਹਨਾਂ ਦੀ ਇਨਪੁੱਟ ਤੋਂ ਬਿਨਾਂ ਪੰਜਾਬ ਪੁਲਿਸ ਕਿਤੇ ਨਾ ਕਿਤੇ ਅਧੂਰੀ ਹੈ? ਜੀ ਬਿਲਕੁਲ ਜੀ, ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸ਼ਾਇਦ ਇਹ ਨਸ਼ੇ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਉਨੀ ਕਾਮਯਾਬ ਨਹੀਂ ਹੋ ਸਕਦੀ। ਇਸ ਲਈ ਸਾਨੂੰ ਜਨਤਾ ਦਾ ਪੂਰਾ ਸਹਿਯੋਗ ਚਾਹੀਦਾ ਹੈ। ਮੈਂ ਪੂਰੇ ਜਨਤਾ ਨੂੰ ਅਪੀਲ ਵੀ ਕਰਦਾ, ਖਾਸ ਕਰ ਆਪਣੇ ਯੂਥ ਵਰਗ ਨੂੰ, ਕਿ ਉਹ ਜਿਹੜਾ ਹੈ ਨਸ਼ਿਆਂ ਤੋਂ ਦੂਰ ਰਹਿਣ, ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਚੰਗੇ ਪੋਜ਼ਿਟਿਵ ਇਨਵਾਇਰਮੈਂਟ ਦੇ ਵਿੱਚ ਜਾਣ, ਆਪਣੇ ਪੋਜ਼ਿਟਿਵ ਕੰਮ ਕਰਨ। ਖੇਡਾਂ ਪ੍ਰਤੀ ਜੋ ਰੁਚੀ ਹੈ ਪੰਜਾਬੀਆਂ ਦੀ ਕਾਫੀ ਜ਼ਿਆਦਾ ਹੁੰਦੀ ਹੈ, ਅਤੇ ਆਪਣਾ ਇਸ ਦੇ ਵਿੱਚ ਜਾ ਕੇ ਉਹ ਪੋਜ਼ਿਟਿਵਲੀ ਕੰਮ ਕਰਨ, ਨਸ਼ਿਆਂ ਤੋਂ ਦੂਰ ਰਹਿਣ। ਅਤੇ ਸਾਨੂੰ ਜਿਹੜਾ ਪੁਲਿਸ ਨੂੰ ਹੈ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਨਸ਼ੇ ਦੇ ਖਿਲਾਫ, ਨਸ਼ੇ ਦੇ ਬਾਰੇ, ਉਹ ਸਾਡੇ ਨਾਲ ਸਾਂਝੀ ਜ਼ਰੂਰ ਕਰਨ। ਇੱਕ ਲਾਸਟ ਸਵਾਲ ਹੋ ਰਿਹਾ ਜੀ, ਇਹਨਾਂ ਨੇ ਪ੍ਰੋਪਰਟੀ ਕਿਆ ਆਪਣੇ ਮੋਦੇ ਧਨੋਏ ਪਿੰਡ ਦੇ ਵਿੱਚ ਹੀ ਬਣਾਈ ਸੀ ਜਾਂ ਕਿਤੇ ਬਾਹਰ ਸ਼ਹਿਰ ਦੇ ਵਿੱਚ ਵੀ ਪ੍ਰੋਪਰਟੀਆਂ ਇਹਨਾਂ ਨੇ ਖਰੀਦੀਆਂ? ਇਹ ਸਾਡੀ ਜਿਹੜੀ ਹੈ ਪ੍ਰੈਮਿਸਿਸ ਪ੍ਰੈਸ ਨੋਟ ਦੇ ਵਿੱਚ ਹੈਗੇ ਆ, ਜਿਵੇਂ ਇੱਕ ਪ੍ਰੋਪਰਟੀ ਇਹਨਾਂ ਦੀ OCM ਫੈਕਟਰੀ ਦੇ ਸਾਹਮਣੇ ਵੀ ਦੱਸੀ ਗਈ ਹੈ, ਕੁਛ ਪ੍ਰੋਪਰਟੀ ਇਹਨਾਂ ਦੀ ਪਿੰਡ 'ਚ ਵੀ ਹੈਗੀ ਹੈ, ਤਾਂ ਅਲੱਗ ਅਲੱਗ ਥਾਵਾਂ ਦੀ ਹੈ ਜੀ। ਚਲੋ ਧੰਨਵਾਦ, ਸਾਡੇ ਨਾਲ ਗੱਲ ਕਰਨੀ ਇਹ ਸਨ ਚਰਨਜੀਤ ਸਿੰਘ ਦੇ ਹੱਥ 'ਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਾਲ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਚਿੱਟਾ ਪੰਜਾਬ 'ਚੋਂ ਖਤਮ ਕਰ ਦਿਆਂਗੇ। ਪੰਜਾਬ ਦੇ DGP ਗੌਰਵ ਯਾਦਵ ਵੀ ਇਸੇ ਮੁਹਿੰਮ 'ਚ ਲੱਗੇ ਨੇ। ਤਮਾਮ ਪੁਲਿਸ ਅਫਸਰਾਂ ਦੀ ਇਹ ਕੋਸ਼ਿਸ਼ ਹੈ ਨਸ਼ਾ ਤਸਕਰਾਂ ਨੂੰ ਫੜਿਆ ਜਾਏ ਅਤੇ ਉਹਨਾਂ ਦਾ ਨੈੱਟਵਰਕ ਨੂੰ ਤੋੜਿਆ ਜਾਏ, ਅਤੇ ਕਿਸ ਤਰ੍ਹਾਂ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। 37 ਕਰੋੜ ਦੀ ਪ੍ਰੋਪਰਟੀ 2 ਨਸ਼ਾ ਤਸਕਰਾਂ ਦੀ ਅੰਮ੍ਰਿਤਸਰ ਦਿਹਾਤ ਦੀ ਪੁਲਿਸ ਵੱਲੋਂ ਜਿਹੜੀ ਹੈ ਉਹ ਸੀਜ਼ ਕਰ ਲਈ ਗਈ ਹੈ। ਅੰਮ੍ਰਿਤਸਰ ਤੋਂ D4 ਨਿਊਜ਼ ਦੀਪਕ ਭੰਡਾਰੀ ਦੀ ਖਾਸ ਰਿਪੋਰਟ। ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਜੋ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੈ ਗਈ ਹੈ, ਉਸ ਦੇ ਤਹਿਤ ਹੀ ਮਾਣਯੋਗ DGP ਪੰਜਾਬ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਜਿੰਨੀ ਵੀ ਪ੍ਰੋਪਰਟੀ ਫਰੀਜ਼ਿੰਗ ਦੇ ਕੇਸਿਸ ਹੈ ਉਹ ਪਰਸਿਊ ਕੀਤੇ ਜਾ ਰਹੇ ਹਨ। ਇਸੇ ਦੇ ਤਹਿਤ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 2 ਨਸ਼ਾ ਤਸਕਰ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਰੈਜ਼ੀਡੈਂਟ ਆਫ ਮੋਦੇ ਅਤੇ ਜਤਿਨ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਮੋਦੇ, ਇਹਨਾਂ ਦੇ ਕੇਸ ਜਿਹੜੇ ਹੈ ਫਰੀਜ਼ਿੰਗ ਆਫ ਪ੍ਰੋਪਰਟੀ ਦੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅਸੀਂ ਜਿਹੜੇ ਹੈ ਕਨਫਰਮ ਕਰਾ ਕੇ ਇਹਨਾਂ ਦੀ 37,72,30,000 ਦੇ ਕਰੀਬਨ ਮੁੱਲ ਦੀ ਪ੍ਰੋਪਰਟੀ ਜਿਹੜੀ ਹੈ ਫਰੀਜ਼ ਕੀਤੀ ਹੈ। ਇਹਨਾਂ 'ਤੇ FIR ਨੰਬਰ 162/2024 ਦੀ ਜਿਹੜੀ ਹੈ ਉਹ ਘਰਿੰਡਾ ਥਾਣੇ ਵਿਖੇ ਦਰਜ ਹੈ, ਜਿਹਦੇ ਵਿੱਚ ਇਹਨਾਂ ਕੋਲੋਂ 500 ਗ੍ਰਾਮ ਦੇ ਕਰੀਬਨ ਜਿਹੜਾ ਹੈ ਹੀਰੋਇਨ ਦੀ ਬਰਾਮਦਗੀ ਅਤੇ ਵੈਪਨ ਦੀ ਰਿਕਵਰੀ ਹੋਈ ਸੀ। ਜਿਹੜਾ ਅੰਮ੍ਰਿਤਸਰ ਦਿਹਾਤੀ ਪੁਲਿਸ ਹੈ ਹੁਣ ਤੱਕ ਜਿਹੜਾ ਹੈ 2023 ਦੇ ਵਿੱਚ ਜੇ ਗੱਲ ਕਰੀਏ ਤਾਂ 13 ਕਰੋੜ ਦੇ ਕਰੀਬਨ ਜਿਹੜੀ ਪ੍ਰੋਪਰਟੀ ਆ ਉਹ ਫਰੀਜ਼ ਕਰਾ ਚੁੱਕੀ ਹੈ ਨਸ਼ਾ ਤਸਕਰਾਂ ਦੀ। ਇਸੇ ਲੜੀ ਦੇ ਤਹਿਤ ਹੀ ਜਿਹੜਾ 24 ਦੇ ਵਿੱਚ ਹੈ 2024 ਦੇ ਵਿੱਚ ਹੁਣ ਤੱਕ ਇਸ ਅਮਾਊਂਟ ਨੂੰ ਮਿਲਾ ਕੇ ਜੋ ਕਿ 37 ਕਰੋੜ ਹੈ, ਹੁਣ ਤੱਕ ਟੋਟਲ ਅਮਾਊਂਟ ਜਿਹੜੀ ਹੈ ਉਹ 43 ਕਰੋੜ ਦੇ ਅਪਰੋਕਸੀਮੇਟ ਹੋ ਚੁੱਕੀ ਹੈ। ਇਸੇ ਲੜੀ ਦੇ ਤਹਿਤ ਹੋਰ ਵੀ ਕੰਮ ਜਾਰੀ ਹੈਗਾ। NDPS ਐਕਟ ਦੇ ਅਧੀਨ 68F ਧਾਰਾ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਹੈ ਜੋ ਵੀ ਉਹਨੇ ਪ੍ਰੋਪਰਟੀ ਜਿਹੜੀ ਬਣਾਈ ਹੁੰਦੀ ਹੈ ਉਹ ਫਰੀਜ਼ ਕੀਤੀ ਜਾ ਸਕਦੀ ਹੈ, ਅਤੇ ਕਨਵਿਕਸ਼ਨ ਤੋਂ ਬਾਅਦ ਉਹ ਜਿਹੜੀ ਹੈ ਫੋਰਫੀਟ ਹੋ ਸਕਦੀ ਹੈ। ਥੈਂਕ ਯੂ। ਦੇਖੋ ਜੀ, ਕਈ ਕੇਸਿਸ ਦੇ ਵਿੱਚ ਜਿਹੜੇ ਹੈ ਕਨਵਿਕਸ਼ਨ ਨਹੀਂ ਹੋ ਪਾਉਂਦੀ, ਕੇਸਿਸ ਦਰਜ ਹੁੰਦੇ ਨੇ, ਐਵੀਡੈਂਸ ਜਿਹੜਾ ਹੈ ਉਹ ਨਹੀਂ ਕਈ ਵਾਰ ਆ ਪਾਉਂਦਾ, ਅਤੇ ਕਈ ਕੰਪਲੀਕੇਸ਼ਨਸ ਹੁੰਦੀਆਂ ਨੇ। ਇਸ ਕੇਸ 'ਚ ਵੀ ਜਿਹੜਾ ਹੈ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਕਮੀਆਂ ਪਿਛਲੇ ਕੇਸਾਂ ਦੇ ਵਿੱਚ ਰਹੀਆਂ ਨੇ, ਅਸੀਂ ਸਾਰਾ ਥੋਰੋਲੀ ਚੈੱਕ ਕਰ ਰਹੇ ਹਾਂ ਇਸ ਚੀਜ਼ ਨੂੰ।
ਅਤੇ ਜਲਦ ਹੀ ਜਿਹੜਾ ਹੈ ਹੋਰ ਜਿਹੜੇ ਇਸ ਤਰੀਕੇ ਦੇ ਨਾਮਵਰ ਜਿਹੜੇ ਸਮੱਗਲਰ ਨੇ ਜਾਂ ਕੋਈ ਹੋਰ ਵੀ ਹੈ ਉਹਨਾਂ ਦੇ ਖਿਲਾਫ਼ ਵੀ ਜਿਹੜਾ ਹੈ 68F ਦੇ ਅਧੀਨ NDPS ਐਕਟ 'ਚ ਕਾਰਵਾਈ ਹੋਏਗੀ। ਇਹ ਜਾਂਚ ਚੱਲ ਰਹੀ ਹੈ ਜੀ, ਸਾਰੇ ਚੱਲ ਰਹੀ ਹੈ। ਜਿਹੜਾ ਇਹ ਵੈਪਨ ਸੀਗਾ ਇਹ ਉਸ ਪਰਚੇ ਦੇ ਵਿੱਚ 2 ਜੁਲਾਈ ਦੇ ਵਿੱਚ 2 ਜੁਲਾਈ 2024 ਦੇ ਵਿੱਚ ਪਰਚਾ ਦਰਜ ਹੋਇਆ, ਉਹਦੇ ਵਿੱਚ ਇਹ ਰਿਕਵਰੀ ਹੋਈ ਸੀ ਜੀ। ਜੀ 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 ਬਿਲਕੁਲ ਜੀ, ਉਹ ਅੰਡਰ ਪ੍ਰੋਸੈਸ ਹੈ ਜੀ। ਕਈ ਕੇਸਿਸ ਦੇ ਵਿੱਚ ਜੋ ਹੈ ਮੁਜਰਮ ਜਿਹੜਾ ਕਨਵਿਕਟ ਹੁੰਦਾ ਉਹ ਜੇਲ੍ਹ ਦੇ ਵਿੱਚ ਹੁੰਦਾ, ਅਤੇ ਅਸੀਂ ਜਿਹੜਾ ਹੈ ਕੇਸਿਸ ਅਸੀਂ ਆਈਡੈਂਟੀਫਾਈ ਕਰ ਲਏ ਨੇ, ਅਤੇ ਜਲਦੀ ਤੁਸੀਂ ਦੇਖੋਗੇ ਉਹਨਾਂ ਦੇ ਖਿਲਾਫ਼ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ। ਬਿਲਕੁਲ ਜੀ, ਬਿਲਕੁਲ ਜੀ। ਇਹਦੇ ਵਿੱਚ ਜਿਹੜਾ ਹੈਗਾ ਰੈਜ਼ੀਡੈਂਸ਼ੀਅਲ ਹਾਊਸਿਸ, ਸ਼ੋਪਸ ਅਤੇ ਬੈਂਕਟ ਹਾਲਸ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਪ੍ਰੋਪਰਟੀ ਫਰੀਜ਼ ਕੀਤੀ ਗਈ ਹੈ। ਦੇਖੋ ਜੀ, ਇਹਦੇ ਵਿੱਚ ਜਿਹੜੀ ਪ੍ਰੋਪਰਟੀ ਹੈਗੀ ਹੈ ਉਹ ਸਾਰੀ ਇਹਨਾਂ ਦੇ ਰੈਜ਼ੀਡੈਂਸ਼ੀਅਲ ਜਿੱਥੇ ਜਿੱਥੇ ਹੈ, ਜਿਵੇਂ ਕਿ OCM ਫੈਕਟਰੀ ਦੇ ਸਾਹਮਣੇ ਜਿਹੜਾ ਬੈਂਕਟ ਹਾਲ ਅਤੇ ਇਹਨਾਂ ਦੀ ਪ੍ਰੋਪਰਟੀ ਹੈ ਉਹ ਵਾਲੀ, ਪਿੰਡ ਮੋਦੇ ਦੇ ਵਿੱਚ ਵੀ ਕੁਛ ਪ੍ਰੋਪਰਟੀ ਹੈਗੀ ਹੈ, ਉਹ ਸਾਰੀ ਡਿਟੇਲ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਰਿਹਾ। ਨਹੀਂ ਨਹੀਂ ਇਹ ਟੋਟਲ ਜਿਹੜਾ ਹੈਗਾ ਜੀ 2 ਬੰਦੇ ਜਿਹੜੇ ਨਾਮਜ਼ਦ ਹੋਏ ਸੀਗੇ ਜਿਹੜੇ ਮੁਜਰਮ ਸੀ ਸਾਡੇ ਉਹ, ਅਤੇ ਨਾਲ ਹੀ 2 ਬੰਦੇ ਜਿਹੜੇ ਇਹਨਾਂ ਦੇ ਹੋਰ ਫੈਮਿਲੀ ਮੈਂਬਰ ਜਿਨ੍ਹਾਂ ਦੇ ਨਾਂ 'ਤੇ ਇਹ ਪ੍ਰੋਪਰਟੀ ਹੈ ਸਾਂਝੇ ਤੌਰ 'ਤੇ ਹੈ ਜੀ। ਇੱਕੋ ਪਰਿਵਾਰ? ਜੀ ਜੀ, ਇਹ ਕੁਛ ਜਿਹੜੇ 2 ਬੰਦੇ ਹੈਗੇ ਉਹ ਇੱਕੋ ਪਰਿਵਾਰ ਦੇ ਨੇ, ਅਤੇ ਬਾਕੀ ਹੈ ਆਪਸ ਦੇ ਵਿੱਚ ਇੰਟਰਲਿੰਕਡ ਨੇ ਜੀ। ਜਿਹੜਾ ਇਹ ਕੇਸ ਹੈ ਇਹਦੀ ਤਫਤੀਸ਼ ਜਾਰੀ ਹੈ, ਇਹਦੇ ਵਿੱਚ ਜੋ ਵੀ ਆਏਗਾ ਬੰਦਾ ਉਸਦੇ ਜਿਹੜਾ ਰੋਲ ਹੋਏਗਾ ਉਸਦੇ ਅਕੋਰਡਿੰਗਲੀ ਜਿਹੜਾ ਹੈਗਾ ਉਸਦਾ ਚਲਾਨ ਪੇਸ਼ ਹੋਏਗਾ, ਅਤੇ ਜੇ ਉਸਦੀ ਜਿਹੜੀ ਸ਼ਮੂਲੀਅਤ ਵਿੱਚ ਆਉਂਦੀ ਹੈ ਤਾਂ ਉਸਦੀ ਵੀ ਹੋਏਗੀ ਜੀ। ਦੇਖੋ ਜੀ, ਫਰੀਜ਼ਿੰਗ ਆਫ ਪ੍ਰੋਪਰਟੀਜ਼ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਕਿ ਉਹ ਸਰਕਾਰ ਦੇ ਨੋਟਿਸ ਤੋਂ ਬਗੈਰ ਉਸ ਚੀਜ਼ ਦਾ ਕੋਈ ਸੌਦਾ ਨਹੀਂ ਕਰ ਸਕਦੇ, ਵੇਚ ਨਹੀਂ ਸਕਦੇ, ਅਤੇ ਨਾ ਹੀ ਕਿਤੇ ਮੋਰਟਗੇਜ ਕਰ ਸਕਦੇ। ਇਹਦੇ ਵਿੱਚ ਮੇਨ ਅਕਿਊਜ਼ 2 ਨੇ ਜੀ, ਜਤਿਨ ਸਿੰਘ ਪੁੱਤਰ ਜੈਮਲ ਸਿੰਘ ਅਤੇ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ। ਇਹ ਮੋਦੇ ਪਿੰਡ ਦੇ ਨੇ ਜੀ। ਇਹ ਜੁਲਾਈ ਦੇ ਵਿੱਚ ਜਿਹੜਾ ਹੈਗਾ ਸ਼ੁਰੂ ਜੁਲਾਈ ਸ਼ੁਰੂਆਤ ਦੇ ਵਿੱਚ ਇਹ ਪਰਸਿਊ ਕੀਤਾ ਗਿਆ ਸੀ। ਜੀ 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 ਜੀ, ਇਹ ਕਾਫੀ ਕੇਸਿਸ ਸਾਡੇ ਕੰਪੀਟੈਂਟ ਅਥਾਰਟੀ ਕੋਲ ਜਾ ਰਹੇ ਨੇ, ਅਸੀਂ ਜਿੰਨੇ ਵੀ ਕੇਸ ਸਾਡੇ ਅਸੀਂ ਇਸ ਸਾਡੇ ਦਫ਼ਤਰਾਂ ਦੇ ਵਿੱਚ ਪਏ ਨੇ ਪੈਂਡਿੰਗ, ਅਸੀਂ ਉਹਨੂੰ ਐਕਸਪੀਡਾਈਟ ਕਰਾ ਰਹੇ ਹਾਂ। ਜਿਹੜੇ ਕੰਪੀਟੈਂਟ ਅਥਾਰਟੀ ਹੈ ਉਹ ਮਿਨਿਸਟਰੀ ਆਫ ਫਾਈਨੈਂਸ, ਡਿਪਾਰਟਮੈਂਟ ਆਫ ਰੈਵਨਿਊ ਹੈ, ਉੱਥੇ ਇੱਕ IRS ਉੱਚ ਲੈਵਲ ਦੇ ਅਧਿਕਾਰੀ ਬੈਠਦੇ ਨੇ ਜਿਨ੍ਹਾਂ ਕੋਲ ਕੇਸ ਜਾਂਦਾ ਹੈ, ਅਤੇ ਉਹ ਜਿਹੜਾ ਹੈ ਜਿਹੜਾ ਇਹਦੇ ਵਿੱਚ ਮੁਲਜ਼ਮ ਹੁੰਦਾ ਹੈਗਾ ਉਹਨੂੰ ਵੀ ਉਹ ਕਾਲ ਕਰਦੇ ਨੇ, ਜੇ ਉਹ ਨਹੀਂ ਆਉਂਦਾ ਤਾਂ ਐਕਸ ਪਾਰਟੀ ਉਹਦੇ ਖਿਲਾਫ਼ ਜਿਹੜਾ ਹੈਗਾ ਆਰਡਰ ਪਾਸ ਕੀਤਾ ਜਾਂਦਾ ਹੈ। ਸੋ ਇਹ ਪ੍ਰੋਸੈਸ ਹੈਗੀ ਹੈ, ਅਤੇ ਕੰਪੀਟੈਂਟ ਅਥਾਰਟੀ ਵੱਲੋਂ ਇਹ ਆਰਡਰ ਪਾਸ ਕੀਤਾ ਗਿਆ। ਇਸੇ ਤਰੀਕੇ ਨਾਲ ਜਿਹੜੇ ਹੋਰ ਵੀ ਅਸੀਂ ਪ੍ਰਪੋਜ਼ਲਸ ਹੈਗੇ ਉਹ ਤਿਆਰ ਕੀਤੇ ਹੈ, ਅਤੇ ਜਲਦੀ ਜਿਹੜਾ ਉਹਨਾਂ 'ਚ ਉਹਨਾਂ ਨੂੰ ਐਕਸਪੀਡਾਈਟ ਕਰਕੇ ਉਹਨਾਂ 'ਚ ਵੀ ਆਰਡਰ ਪ੍ਰਾਪਤ ਕੀਤੇ ਜਾਣਗੇ। ਸਰ ਇਹ ਪਤਾ ਕਿ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ, ਜਿੱਦਾਂ ਪਿਛਲੇ ਮਹੀਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ? ਜੀ, ਪਾਰਟ ਆਫ ਇਨਵੈਸਟੀਗੇਸ਼ਨ, ਇਹ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਦੇਖ ਰਹੇ ਹਾਂ, ਕਾਫੀ ਦੇਰ ਤੋਂ ਇਹ ਐਕਟਿਵ ਸੀ, ਅਤੇ ਇਸੇ ਕਰਕੇ ਜਿਹੜਾ ਕਾਫੀ ਸਾਡਾ ਟੀਮ ਜਿਹੜੀਆਂ ਹੈਗੀਆਂ ਹੁਣ ਵੀ ਲੱਗੀਆਂ ਹੋਈਆਂ ਨੇ, ਅਤੇ ਇਹਨਾਂ 'ਤੇ ਸਾਡੀ ਨਜ਼ਰ ਸੀ। ਸਰ ਜਿੱਦਾਂ ਇਹਨਾਂ ਦਾ ਬੈਕਗਰਾਊਂਡ ਕੀ ਸੀ, ਖੇਤੀਬਾੜੀ ਕਰਦੇ ਸੀ ਜਾਂ ਹੋਰ ਵੀ ਕੋਈ ਜੋਬ ਕਰਦੇ ਸੀ ਜਾਂ ਕੁਛ? ਬੇਸਿਕਲੀ ਤਾਂ ਇਹਨਾਂ ਦਾ ਜੋ ਹੈ ਖੇਤੀਬਾੜੀ ਦਿਖਾਇਆ ਗਿਆ ਇਹਨਾਂ ਵੱਲੋਂ, ਅਤੇ ਨਾਲ ਦੀ ਨਾਲ ਇਹ ਕੋਈ ਨਾ ਕੋਈ ਐਂਸਲਰੀ ਵਰਕ ਜਿਹੜੇ ਹੈ ਉਹ ਵੀ ਕਰਦੇ ਹੁੰਦੇ ਆ। ਉਮਰ ਕਿੰਨੀ ਕਹਿੰਦੇ? ਉਮਰ ਇਸ ਟਾਈਮ ਮੇਰੇ ਕੋਲ ਹੈ ਨਹੀਂ, ਇਸ ਦਾ ਮੈਂ ਤੁਹਾਨੂੰ ਜਿਹੜਾ ਡਿਟੇਲ 'ਚ। ਦੇਖੋ ਜੀ,
ਅਸੀਂ ਸਭ ਤੋਂ ਪਹਿਲਾਂ ਜਿਹੜਾ ਮੁਜਰਮ ਹੈ ਜੋ ਅਕਿਊਜ਼ਡ ਹੈ ਉਸਦੀ ਪ੍ਰੋਪਰਟੀ ਨੂੰ ਆਈਡੈਂਟੀਫਾਈ ਕਰਦੇ ਹਾਂ। ਆਈਡੈਂਟੀਫਿਕੇਸ਼ਨ ਤੋਂ ਬਾਅਦ ਉਸਦੀ ਜਿਹੜੀ ਇਵੈਲਿਊਏਸ਼ਨ ਹੈ ਉਹ ਇੱਕ ਆਥੋਰਾਈਜ਼ਡ ਏਜੰਸੀ ਜਾਂ ਪਰਸਨ ਜਿਹੜਾ ਹੁੰਦਾ ਉਸ ਤੋਂ ਕਰਵਾ ਲੈਂਦੇ ਹਾਂ ਜੀ। ਜੀ ਇਹ ਰਿਕਵਰ ਨਹੀਂ ਕੀਤਾ ਗਿਆ ਜੀ, ਫਰੀਜ਼ ਕੀਤਾ ਗਿਆ। ਹਾਂਜੀ 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 ਨਹੀਂ, ਇਹਨਾਂ ਇਹ ਕੰਪੀਟੈਂਟ ਅਥਾਰਟੀ ਦੀ ਇਜਾਜ਼ਤ ਤੋਂ ਬਗੈਰ ਕੁਛ ਵੀ ਜਿਹੜਾ ਹੈ ਪ੍ਰੋਪਰਟੀ 'ਚ ਲੈਣ ਦੇਣ, ਉਹਦੀ ਸੇਲ, ਉਹਦੀ ਪਰਚੇਜ਼, ਜੋ ਵੀ ਤੁਸੀਂ ਕਹੋ ਮੋਰਟਗੇਜ ਕਹੋ, ਉਹ ਨਹੀਂ ਹੋ ਸਕਦਾ। ਦੇਖੋ ਜੀ, ਇਸ ਦੇ ਨਾਲ ਜਿਹੜਾ ਇਹ ਨਸ਼ਾ ਤਸਕਰ ਜਿਹੜੇ ਜਿਨ੍ਹਾਂ ਨੇ ਇਲ ਗੋਟਨ ਮਨੀ ਦੇ ਨਾਲ ਇਹ ਚੀਜ਼ਾਂ ਸਾਰੀਆਂ ਬਣਾਈਆਂ ਹੋਈਆਂ ਨੇ, ਇਹ ਉਹਨਾਂ ਨੂੰ ਹਿੱਟ ਕਰੇਗੀ। ਇਹ ਇੱਕ NDPS 68F ਦਾ ਜਿਹੜਾ ਇੱਕ ਪ੍ਰੋਵੀਜ਼ਨ ਹੈ, ਇਹ ਨਸ਼ਾ ਤਸਕਰ ਨੂੰ ਜਿਹੜਾ ਹੈ ਅੱਗੇ ਤੋਂ ਉਹ ਇਸ ਕੰਮ 'ਚੋਂ ਬਾਹਰ ਆਵੇ ਅਤੇ ਉਹਨੂੰ ਹਿੱਟ ਕਰੇ, ਉਸ ਦੇ ਲਈ ਇੱਕ ਬਹੁਤ ਵੱਡਾ ਇਹ ਇੱਕ ਸੈਕਸ਼ਨ ਹੈ। ਜਿੱਦਾਂ ਇੱਕ ਅਜੇ ਤੱਕ ਸਾਡੇ ਕੋਲ ਇਸ ਤਰੀਕੇ ਦੀ ਕੋਈ ਹਜੇ ਸਾਹਮਣੇ ਨਹੀਂ ਆਈ ਹੈ, ਪਰ ਜੇ ਇਸ ਤਰ੍ਹਾਂ ਦੀ ਹੈ ਤਾਂ ਉਹ ਬੰਦਾ ਇਨਵੋਲਵ ਹੈ, ਉਹਨੂੰ ਅੱਗੇ ਫਰਦਰ ਜਿਹੜਾ ਹੈ ਕਿ ਲੀਗਲੀ ਉਸਦੇ ਖਿਲਾਫ਼ ਜਿਹੜਾ ਐਕਸ਼ਨ ਲਿਆ ਜਾ ਸਕਦਾ ਹੈ। ਜੀ ਹਾਂਜੀ, ਕੱਲ੍ਹ ਡਿਪਟੀ ਜਿਹੜੇ ਹੈਗੇ ਨੇ, ਸੁਪਰਡੈਂਟ ਆਫ ਪੁਲਿਸ ਜਿਹੜੇ ਨੇ, DSP ਆਪਣੇ ਅਟਾਰੀ ਨੇ, ਉਹਨਾਂ ਵੱਲੋਂ ਮੌਕੇ 'ਤੇ ਜਾ ਕੇ ਜਿਹੜਾ ਹੈਗਾ ਇੱਥੇ ਪ੍ਰੋਪਰਟੀ 'ਤੇ ਅਲੋਂਗ ਵਿਦ ਫੋਰਸ ਜਿਹੜਾ ਹੈ ਇਹ ਪੇਸਟ ਕੀਤੇ ਗਏ ਨੇ ਆਰਡਰ। ਸਰ, ਇੱਕ ਮੂਵੀ ਆ ਰਹੀ ਹੈ ਐਮਰਜੈਂਸੀ, ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਪ੍ਰੋਟੈਸਟ ਕੀਤੇ ਜਾ ਰਹੇ, ਕੀ ਤੁਹਾਡੇ ਵੱਲੋਂ ਕੋਈ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ, ਕੋਈ ਇਸ ਨੂੰ ਲੈ ਕੇ ਕੀ ਕੀਤਾ ਜਾ ਰਿਹਾ? ਦੇਖੋ ਜੀ, ਸਾਡੇ ਵੱਲੋਂ ਇਹ ਹਦਾਇਤਾਂ ਨੇ DGP ਸਾਹਿਬ ਦੀ ਖਾਸ ਤੌਰ 'ਤੇ ਕਿ ਕਿਸੇ ਵੀ ਤਰ੍ਹਾਂ ਦਾ ਲਾ ਐਂਡ ਆਰਡਰ ਜਿਹੜਾ ਹੈ ਡਿਸਟਰਬ ਨਹੀਂ ਕੀਤਾ ਜਾਏਗਾ। ਇੱਕ ਭਾਈਚਾਰਕ ਸਾਂਝ ਜਿਹੜੀ ਉਹ ਬਣੀ ਹੈ ਉਹ ਇਸੇ ਤਰੀਕੇ ਨਾਲ ਬਣੀ ਰਹੇਗੀ, ਅਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਕੋਈ ਇਸ ਤਰੀਕੇ ਦੀ ਜਿਹੜੀ ਕੋਈ ਘਟਨਾ ਤੁਹਾਡੇ ਸਾਹਮਣੇ ਆਉਂਦੀ ਹੈ ਉਹ ਸਾਨੂੰ ਰਿਪੋਰਟ ਕਰਨ, ਆਪ ਵਿੱਚ ਇਨਵੋਲਵ ਨਾ ਹੋਣ, ਅਤੇ ਜਿਹੜਾ ਹੈ ਲਾ ਐਂਡ ਆਰਡਰ ਨੂੰ ਮੇਨਟੇਨ ਰੱਖਣ, ਪੀਸਫੁਲੀ ਉਹ ਮਾਹੌਲ ਨੂੰ ਬਣਾਏ ਰੱਖਣ ਜੀ।